ਅੱਜ ਦਾ ਜਿਹੜਾ ਟੌਪਿਕ ਹੈ ਆਸਟ੍ਰੇਲੀਅਨ ਸਟੂਡੈਂਟ ਵੀਜ਼ਾ ਸੋ ਜਿਹੜੇ ਐਪਲੀਕੈਂਟ ਕੈਨੇਡਾ ਤੋਂ ਰਿਫਿਊਜ਼ ਹੋ ਚੁੱਕੇ ਐ ਨਿਰਾਸ਼ ਨਾ ਹੋਵੋ ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ ਕਿਉਂਕਿ ਆਸਟ੍ਰੇਲੀਆ ਦੇ ਬਾਰਡਰਸ ਰੀਓਪਨ ਹੋਏ ਸੀਗੇ ਐਂਬੈਸੀ ਫੀਸਿਸ ਦੇ ਵਿੱਚ ਰਿਲੈਕਸੇਸ਼ਨ ਮਿਲੀ ਸੀਗੀ ਸਟੂਡੈਂਟ ਕਾਫੀ ਨਿਰਾਸ਼ ਵੀ ਹੈ ਤੇ ਕਾਫੀ ਡਾਊਟਫੁਲ ਵੀ ਹੈਗਾ ਤੇ ਟੈਂਸ ਵੀ ਹੈ ਕਿ ਸਰ ਮੇਰੀ ਐਪਲੀਕੇਸ਼ਨ ਰਿਫਿਊਜ਼ ਹੋ ਗਈ ਸੋ ਜਿਹੜੇ ਲੋਕ ਜੌਬ ਕਰਦੇ ਐ ਕਈ ਵਾਰ ਹੁੰਦਾ ਕਿ ਤੁਸੀਂ ਪਹਿਲੀ ਇੰਟਰਵਿਊ ਦੇ ਹੁੰਦੇ ਹੋ ਕੋ ਇੰਟਰਵਿਊ ਦੇ ਹੁੰਦੇ ਤੁਹਾਡੀ ਸੈLECTION ਹੋ ਜਾਂਦੀ ਹੈ। ਕਈ ਵਾਰ ਕੀ ਹੁੰਦਾ ਕਿ ਤੁਸੀਂ 2-3 ਇੰਟਰਵਿਊਸ ਦਿੰਦੇ ਹੋ ਉਸ ਤੋਂ ਬਾਅਦ ਜਾ ਕੇ ਕਿਤੇ ਤੁਹਾਡੀ ਸੈਟਲਮੈਂਟ ਹੁੰਦੀ ਹੈ। ਕਈ ਵਾਰ ਹੁੰਦਾ ਹੈ ਕਿ ਜਦੋਂ ਤੁਹਾਡੀ ਐਪਲੀਕੇਸ਼ਨ ਤੁਹਾਡੀ ਪ੍ਰੋਫਾਈਲ ਕਿਸੇ ਕੰਟਰੀ ਦੇ ਵਿੱਚ ਫਿੱਟ ਬੈਠਦੀ ਹੈ ਤੁਹਾਨੂੰ ਵੀਜ਼ਾ ਮਿਲ ਜਾਂਦਾ ਹੈ। ਜਦੋਂ ਕਿਤੇ ਕਮੀ ਰਹਿ ਜਾਂਦੀ ਹੈ ਆਫੀਸਰ ਕਹਿੰਦਾ ਹੈ ਕਿ ਦੁਬਾਰਾ ਟਰਾਈ ਕਰੋ। ਇਹ ਆਪਣੀ ਕਮੀਆਂ ਨੂੰ ਪੂਰੀ ਕਰਕੇ ਮੇਰੇ ਕੋਲ ਆਓ। ਅਗਰ ਤਾਂ ਤੁਸੀਂ ਕਰਦੇ ਹੋ ਤੁਹਾਡਾ ਵੀਜ਼ਾ ਗ੍ਰਾਂਟ ਹੁੰਦਾ ਆਦਰਵਾਇਜ਼ ਇਹਦਾ ਇਹ ਮਤਲਬ ਨਹੀਂ ਹੈ। ਕਿ ਤੁਸੀਂ ਫੌਰਨ ਜਾ ਨਹੀਂ ਪਾਉਂਗੇ ਸੋ ਅਕਸਰ ਅੱਜਕੱਲ ਦੇਖਣ ਨੂੰ ਮਿਲਦਾ ਹੈ ਕਿ ਕੈਨੇਡਾ ਰਿਫਿਊਜ਼ ਐਪਲੀਕੇਸ਼ਨ ਵਾਲਾ ਬੜਾ ਬੱਚਾ ਆ ਰਿਹਾ ਸੋ ਸਟੂਡੈਂਟ ਕਾਫੀ ਨਿਰਾਸ਼ ਵੀ ਹੈ ਤੇ ਕਾਫੀ ਡਾਊਟਫੁਲ ਵੀ ਹੈਗਾ ਤੇ ਟੈਂਸ ਵੀ ਹੈ ਕਿ ਸਰ ਮੇਰੀ ਐਪਲੀਕੇਸ਼ਨ ਰਿਫਿਊਜ਼ ਹੋ ਗਈ ਸੋ ਬੜੀ ਇੱਕ ਜਨਰਲ ਜੀ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਸਟੂਡੈਂਟ ਬੜਾ ਕਨਫਿਊਜ਼ ਔਰ ਟੈਂਸ਼ਨ ਦੇ ਵਿੱਚ ਹੁੰਦਾ ਹੈ ਕਿ ਭਾਜੀ ਮੇਰੀ ਐਪਲੀਕੇਸ਼ਨ ਰਿਫਿਊਜ਼ ਹੋ ਗਈ ਹੁਣ ਅੱਗੇ ਕੀ ਹੋਊਗਾ ਸੋ ਜਨਰਲ ਜੀ ਇੱਕ ਐਗਜ਼ਾਮਪਲ ਤੁਹਾਨੂੰ ਦਵਾਂਗਾ ਕੋਈ ਵੀ ਐਜੂਕੇਸ਼ਨ ਆਪਾਂ ਕੰਪਲੀਟ ਕਰਦੇ ਆ ਉਸ ਤੋਂ ਬਾਅਦ ਆਪਾਂ ਜੌਬ ਫਾਈਂਡ ਕਰਦੇ ਆ ਜਿਨ੍ਹਾਂ ਦੇ ਬਿਜ਼ਨਸ ਆ ਬਿਜ਼ਨਸ ਦੇ ਵਿੱਚ ਅਡਜਸਟਮੈਂਟ ਕਰ ਲੈਂਦੇ ਆ ਸੋ ਜਿਹੜੇ ਲੋਕ ਜੌਬ ਕਰਦੇ ਆ ਕਈ ਵਾਰ ਹੁੰਦਾ ਕਿ ਤੁਸੀਂ ਪਹਿਲੀ ਇੰਟਰਵਿਊ ਦੇ ਹੁੰਦੇ ਹੋ ਉਹ ਇੰਟਰਵਿਊ ਦੇ ਹੁੰਦੇ ਤੁਹਾਡੀ ਸੈলেকਸ਼ਨ ਹੋ ਜਾਂਦੀ ਹੈ ਕਈ ਵਾਰ ਕੀ ਹੁੰਦਾ ਕਿ ਤੁਸੀਂ ਦੋ ਤਿੰਨ ਇੰਟਰਵਿਊਸ ਦਿੰਦੇ ਹੋ ਉਸ ਤੋਂ ਬਾਅਦ ਜਾ ਕੇ ਕਿਤੇ ਤੁਹਾਡੀ ਸੈਟਲਮੈਂਟ ਹੁੰਦੀ ਹੈ ਸੋ ਸਿੰਪਲ ਜੀ ਚੀਜ਼ ਹੈ ਵੀਜ਼ਾ ਵੀ ਇਦਾਂ ਦਾ ਹੀ ਹੈ ਕੁਝ ਕਈ ਵਾਰ ਹੁੰਦਾ ਕਿ ਜਦੋਂ ਤੁਹਾਡੀ ਐਪਲੀਕੇਸ਼ਨ ਤੁਹਾਡੀ ਪ੍ਰੋਫਾਈਲ ਕਿਸੇ ਕੰਟਰੀ ਦੇ ਵਿੱਚ ਫਿੱਟ ਬੈਠਦੀ ਆ ਤੁਹਾਨੂੰ ਵੀਜ਼ਾ ਮਿਲ ਜਾਂਦਾ ਹੈ ਜਦੋਂ ਕਿਤੇ ਕਮੀ ਰਹਿ ਜਾਂਦੀ ਹੈ ਆਫੀਸਰ ਕਹਿੰਦਾ ਹੈ ਕਿ ਦੁਬਾਰਾ ਟਰਾਈ ਕਰੋ ਜਾਂ ਆਪਣੀਆਂ ਕਮੀਆਂ ਨੂੰ ਪੂਰੀ ਕਰਕੇ ਮੇਰੇ ਕੋਲ ਆਓ ਅਗਰ ਤਾਂ ਤੁਸੀਂ ਕਰਦੇ ਹੋ ਤੁਹਾਡਾ ਵੀਜ਼ਾ ਗ੍ਰਾਂਟ ਹੁੰਦਾ ਅਦਰਵਾਈਜ਼ ਇਹਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਫੋਰਨ ਜਾ ਨਹੀਂ ਪਾਉਂਗੇ ਸਿਮਲਰ ਜੀ ਚੀਜ਼ ਹੈ ਜੀ ਅਗਰ ਕੈਨੇਡਾ ਨੇ ਐਪਲੀਕੇਸ਼ਨ ਤੁਹਾਡੀ ਰਿਫਿਊਜ਼ ਕੀਤੀ ਹੈ ਉਹਦੇ ਮੁਤਾਬਿਕ ਤੁਹਾਡੀ ਫਾਈਲ ਲੱਗੀ ਹੈ ਤੇ ਰਿਜ਼ਲਟ ਆ ਜਾਂਦਾ ਹੈ ਅਗਰ ਨਹੀਂ ਆਂਦਾ ਕੋਈ ਐਪਲੀਕੇਸ਼ਨ ਆ ਜਿਹੜੀ ਮਲਟੀਪਲ ਟਾਈਮ ਰਿਫਿਊਜ਼ ਹੋ ਚੁੱਕੀ ਹੈ ਇਸ ਤੋਂ ਅਲਟਰਨੇਟ ਤੁਸੀਂ ਅਦਰ ਕੰਟਰੀਜ਼ ਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ ਅੱਜ ਦਾ ਜਿਹੜਾ ਟੌਪਿਕ ਹੈ ਆਸਟ੍ਰੇਲੀਅਨ ਸਟੂਡੈਂਟ ਵੀਜ਼ਾ ਬੜੇ ਵੱਡੇ ਪੱਧਰ ਦੇ ਉੱਤੇ ਜਿਹੜਾ ਆਸਟ੍ਰੇਲੀਆ ਦੇ ਵਿੱਚ ਬੱਚਾ ਜਾਣਾ ਚਾਹੁੰਦਾ ਹੈ ਤੇ ਜਾ ਵੀ ਰਿਹਾ ਸੋ ਜਦੋਂ ਆਸਟ੍ਰੇਲੀਆ ਬੰਦ ਹੋਇਆ ਸੀਗਾ ਹਰ ਇੱਕ ਏਜੰਟ ਨੇ ਆਪਣੀ ਪ੍ਰੋਮੋਸ਼ਨ ਬੰਦ ਕੀਤੀ ਆਪਣੇ ਬੋਰਡ ਚੇਂਜ ਕਰਦੇ ਆਪਣੀ ਐਡਵਰਟਾਈਜ਼ਮੈਂਟ ਚੇਂਜ ਕਰਤੀ ਸੋ ਜਦੋਂ ਆਸਟ੍ਰੇਲੀਆ ਨੇ ਕਮਬੈਕ ਕੀਤਾ ਬੜਾ ਤਗੜਾ ਰਿਵਾਰਡ ਬੱਚੇ ਨੂੰ ਦਿੰਦਾ ਹੈ ਸੋ ਸਟਾਰਟਿੰਗ ਦੇ ਨਾਲ ਨਾਲ ਹੀ ਉਹ ਅੱਜ ਵੀ ਉਹੀ ਚੀਜ਼ਾਂ ਦੇ ਉੱਤੇ ਚੱਲ ਰਿਹਾ ਜਦੋਂ ਆਸਟ੍ਰੇਲੀਆ ਦੇ ਬਾਰਡਰਸ ਰੀਓਪਨ ਹੋਏ ਸੀਗੇ ਅੰਬੈਸੀ ਵੀਜ਼ਸ ਦੇ ਵਿੱਚ ਰਿਲੈਕਸੇਸ਼ਨ ਮਿਲੀ ਸੀਗੀ ਕਿ ਜਿਹੜਾ ਬੱਚਾ ਆਪਣੀ ਅੰਬੈਸੀ ਵੀਜ਼ ਪੇ ਕਰਦਾ ਹੈ ਉੱਤੇ ਜਾ ਕੇ ਉਹ ਕਲੇਮ ਕਰ ਸਕਦਾ ਨੂੰ ਲੈ ਸਕਦਾ ਵਾਪਸ ਸੋ ਜਿੱਦਾਂ ਥੋੜਾ ਜਿਹਾ ਹੋਰ ਟਾਈਮ ਗਿਆ ਬਾਰਡਰਸ ਵਧੀਆ ਤਰੀਕੇ ਦੇ ਨਾਲ ਓਪਨ ਹੋਏ ਬੜਾ ਬੱਚਾ ਟਰੈਵਲ ਕਰਕੇ ਗਿਆ ਸਟੱਡੀ ਕੀਤੀ ਹੈ ਉੱਥੇ ਜਾ ਕੇ ਸੋ ਆਸਟ੍ਰੇਲੀਆ ਨੇ ਹੋਰ ਜ਼ਿਆਦਾ ਰਿਲੈਕਸੇਸ਼ਨ ਦਿੱਤੀ ਹੈ ਇੰਟਰਨੈਸ਼ਨਲ ਸਟੂਡੈਂਟ ਦੇ ਹੱਥ ਵਿੱਚ ਕਈ ਚੀਜ਼ਾਂ ਆਈਆਂ ਸੋ ਇਹਦੇ ਰਿਲੇਟਿਡ ਹੀ ਆਪਾਂ ਗੱਲ ਕਰਾਂਗੇ ਕਿ ਜਦੋਂ ਆਸਟ੍ਰੇਲੀਆ ਨੇ ਪੋਸਟ ਜਿਹੜੀ ਵਰਕ ਰਾਈਟਰ ਦੀ ਗੱਲ ਕੀਤੀ ਸੋ ਜਿੱਥੇ ਬਾਕੀ ਕੰਟਰੀਆਂ ਦੇ ਵਿੱਚ 20 ਘੰਟੇ ਕੰਮ ਕਰਨ ਨੂੰ ਮਿਲਦੇ ਆ ਆਸਟ੍ਰੇਲੀਆ ਨੇ ਉਸ ਚੀਜ਼ ਦੀ ਕੈਪਿੰਗ ਬੰਦ ਕਰਤੀ ਕਿ ਸਟੂਡੈਂਟ ਜਿੰਨੀ ਦੇਰ ਮਰਜ਼ੀ ਚਾਹੇ ਕੰਮ ਕਰ ਸਕਦਾ ਫੁੱਲ ਟਾਈਮ ਕੰਮ ਕਰ ਸਕਦਾ ਸੋ ਜੋ ਹੁਣ ਰੀਸੈਂਟ ਅਪਡੇਟ ਦੀ ਗੱਲ ਕਰੀਏ ਕਿ ਆਸਟ੍ਰੇਲੀਆ ਹੋਰ ਜ਼ਿਆਦਾ ਇਮੀਗ੍ਰੈਂਟਸ ਚਾਹੁੰਦਾ ਹੈ ਕਿ ਲੋਕ ਆਣ ਉੱਥੇ ਪੜ੍ਹਾਈ ਕਰਨ ਤੇ ਉੱਥੇ ਆ ਕੇ ਕੰਮ ਕਰਨ ਸੋ ਆਸਟ੍ਰੇਲੀਆ ਨੇ ਨਵੀਂ ਅਪਡੇਟ ਦੇ ਤਹਿਤ ਦੇ ਨਾਲ ਜਿਹੜੇ ਐਪਲੀਕੈਂਟਸ ਦਾ ਵਰਕ ਪਰਮਿਟ ਪੋਸਟ ਸਟਡੀ ਵਰਕ ਰਾਈਟ ਜਿਹਨੂੰ ਪੀਐਸਡਬਲਿਊ ਕਹਿੰਦੇ ਆ ਜਿਹਨੂੰ 2 ਸਾਲ ਦਾ ਮਿਲਦਾ ਸੀਗਾ ਉਹਨੂੰ ਵਧਾ ਕੇ ਹੁਣ 4 ਸਾਲ ਦਾ ਕਰਤਾ ਜਿੱਥੇ 3 ਸਾਲ ਦਾ ਮਿਲਦਾ ਸੀਗਾ ਉਹਨੂੰ ਵਧਾ ਕੇ 6 ਸਾਲ ਦਾ ਕਰਤਾ 댓 ਮੀਨਸ ਕਿ ਆਸਟ੍ਰੇਲੀਆ ਹੋਰ ਜ਼ਿਆਦਾ ਵੱਡੇ ਲੈਵਲ ਦੇ ਉੱਤੇ ਵੀਜ਼ਾਸ ਦੇਗਾ ਸੋ ਜਿਹੜੇ ਐਪਲੀਕੈਂਟ ਕੈਨੇਡਾ ਤੋਂ ਰਿਫਿਊਜ਼ ਹੋ ਚੁੱਕੇ ਆ ਨਿਰਾਸ਼ ਨਾ ਹੋਵੋ ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ ਤੁਸੀਂ ਸਿੰਗਲ ਹੋ ਤੁਸੀਂ ਆਸਟ੍ਰੇਲੀਆ ਲਈ ਅਪਲਾਈ ਕਰ ਸਕਦੇ ਹੋ ਤੁਸੀਂ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ ਤਾਂ ਵੀ ਆਸਟ੍ਰੇਲੀਆ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਦੋਨੋਂ ਐਪਲੀਕੈਂਟ ਇਕੱਠੇ ਟਰੈਵਲ ਕਰ ਸਕਦੇ ਹੋ ਮੇਨ ਐਪਲੀਕੈਂਟ ਪੜ੍ਹਾਈ ਕਰੇਗਾ ਤੇ ਸਪਾਊਸ ਜਿਹੜਾ ਤੁਹਾਡਾ ਉਹ ਪਹਿਲੇ ਦਿਨ ਤੋਂ ਹੀ ਵਰਕ ਪਰਮਿਟ ਤੇ ਜਾਏਗਾ ਸੋ ਬੜੇ ਐਪਲੀਕੇਸ਼ਨਸ ਦੇ ਵਿੱਚੇ ਤੀਜਾ ਕੰਪਲਿਕೇಷਨਸ ਦੇਖਣ ਨੂੰ ਮਿਲੀਆਂ ਸੋ ਇੱਕ ਬੱਚੇ ਦਾ ਸਵਾਲ ਸੀਗਾ ਕਿ ਭਾਜੀ ਜੀਟੀ ਮੇਰੀ ਅਪਰੂਵ ਨਹੀਂ ਹੁੰਦੀ ਵੀ 4 ਮਹੀਨੇ ਹੋ ਗਏ ਮੇਰੀ ਜੀਟੀ ਨਹੀਂ ਅਪਰੂਵ ਹੋਈ ਯਾ ਕਈ ਐਪਲੀਕੈਂਟਸ ਦੱਸਦੇ ਆ ਕਿ ਭਾਜੀ ਮੇਰੀ ਸੀਓਈ ਲੈਟਰ ਨਹੀਂ ਆਂਦੀ ਵੀ ਸੋ ਜਨਰਲ ਜੀ ਗੱਲ ਹੈ ਜੀ ਕੰਸਲਟੈਂਟ ਤੁਹਾਡਾ ਕਿੱਦਾਂ ਦਾ ਉਹਨੂੰ ਕਿੰਨੀ ਕੁ ਸਮਝ ਹੈ ਕਿ ਹਰ ਇੱਕ ਏਜੰਟ ਚੱਕ ਲੈਂਦਾ ਬਟ ਉਹਨੂੰ ਪ੍ਰੋਸੈਸ ਕਿੱਦਾਂ ਕਰਾਉਣਾ ਉਹ ਕਈਆਂ ਦੇ ਵਜ੍ਹਾ ਦਾ ਕੰਮ ਨਹੀਂ ਹੈ ਕਈਆਂ ਨੂੰ ਪਤਾ ਹੀ ਨਹੀਂ ਹੈ ਕਿ ਜੀਟੀ ਦੀ ਡੈਫੀਨੇਸ਼ਨ ਕੀ ਹੈ ਜਾਂ ਕਿੱਦਾਂ ਕਲੀਅਰ ਹੁੰਦੀ ਹੈ ਸੋ ਬੜੇ ਇੱਕ ਪੈਰਾਮੀਟਰਸ ਹੁੰਦੇ ਆ ਜੀ ਜਦੋਂ ਤੁਸੀਂ ਆਫਰ ਲੈਟਰ ਅਪਲਾਈ ਕਰਦੇ ਹੋ ਐਜੂਕੇਸ਼ਨਲਸ ਦਿੰਦੇ ਹੋ ਆਪਣਾ ਲੈਂਗੁਏਜ ਪ੍ਰੋਫੀਸੀਐਂਸੀ ਟੈਸਟ ਦਿੰਦੇ ਹੋ ਜਾਂ ਉਸ ਤੋਂ ਬਾਅਦ ਤੁਹਾਡਾ ਕੋਈ ਗੈਪ ਆ ਤਾਂ ਤੁਸੀਂ ਉਹਦੀ ਜਸਟੀਫਿਕੇਸ਼ਨ ਦਿੰਦੇ ਹੋ ਸਿਮਿਲਰ ਜੀ ਚੀਜ਼ ਹੈ ਉਹ ਪੜ੍ਹਾਈ ਦੇ ਨਾਲ ਨਾਲ ਤੁਹਾਨੂੰ ਕਾਲਜ ਜਾਂ ਯੂਨੀਵਰਸਿਟੀ ਜਾਂ ਇੰਸਟੀਚਿਊਟ ਨੇ ਐਡਮਿਸ਼ਨ ਤਾਂ ਦੇ ਦਿੱਤੀ ਜੀਟੀ ਮਤਲਬ ਜੈਨੂਇਨ ਟੈਂਪਰਰੀ ਐਂਟਰੈਂਟ ਕੀ ਤੁਸੀਂ ਵਿਦੇਸ਼ ਦੇ ਵਿੱਚ ਜਾਣਾ ਆਸਟ੍ਰੇਲੀਆ ਦੇ ਵਿੱਚ ਜਾ ਕੇ ਪੜ੍ਹਾਈ ਦਾ ਖਰਚਾ ਚੱਲ ਸਕਦੇ ਹੋ ਆਪਣੇ ਐਕਸਪੈਂਸਸ ਨੂੰ ਕਵਰ ਕਰ ਸਕਦੇ ਆ ਉਹਦੇ ਲਈ ਤੁਹਾਨੂੰ ਇਨਕਮ ਪ੍ਰੂਫ ਦਿਖਾਣੇ ਪੈਂਦੇ ਆ ਸੋ ਉਹ ਇਨਕਮ ਪ੍ਰੂਫ ਤੁਹਾਡੀ ਫੈਮਲੀ ਦੀ ਕਿੰਨੀ ਆਮਦਨ ਹੈ ਕੀ ਕਮਾਈ ਕਰਦੇ ਹੋ ਕੀ ਪਰਿਵਾਰਕ ਮੈਂਬਰ ਕਰਦੇ ਆ ਉਹ ਤੁਹਾਨੂੰ ਡਿਟੇਲ ਸਾਰੀ ਦੇਣੀ ਪੈਂਦੀ ਹੈ ਜੀ ਬੜੇ ਤਰੀਕੇ ਦੇ ਨਾਲ ਡਾਕੂਮੈਂਟੇਸ਼ਨ ਨੂੰ ਰਿਪਰੈਜ਼ੈਂਟ ਕਰਨਾ ਪੈਂਦਾ ਉਹਦੇ ਨਾਲ ਤੁਹਾਡੀ ਜੀਟੀ ਅਪਰੂਵ ਹੁੰਦੀ ਹੈ ਸੋ ਕਈ ਏਜੰਟਸ ਅਦਾ ਦੇ ਆ ਕਿ ਜਿਨ੍ਹਾਂ ਨੂੰ ਇਹੀ ਕੈਲਕੂਲੇਸ਼ਨ ਦਾ ਨਹੀਂ ਪਤਾ ਹੈਗਾ ਕਿ ਜੀਟੀ ਅਪਰੂਵਲ ਦੇ ਲਈ ਕਿੰਨੀ ਇਨਕਮ ਦਿਖਾਣੀ ਹੈ ਸੋ ਸਿਮਿਲਰ ਜੀ ਚੀਜ਼ ਹੈ ਜੀ ਸੀਓਈ ਦੇ ਲਈ ਵੀ ਇਦਾਂ ਦੀ ਹੀ ਚੀਜ਼ਾਂ ਨੇ ਬੱਚੇ ਦੀ ਫੀਸਿਸ ਜਾਂਦੀ ਹੈ ਫਾਈਨੈਂਸ਼ੀਅਲ ਜਾਂਦੇ ਆ ਜੀ ਉਹਦੇ ਵਿੱਚ ਇੱਕ ਚੀਜ਼ ਹੁੰਦੀ ਹੈ ਜੀਟੀ ਲਈ ਸਿਰਫ ਇਨਕਮ ਦਿਖਾਣੀ ਫਾਈਨੈਂਸ਼ੀਅਲਸ اور ਫੀਸ ਪਾਰਟ ਦੇ ਉੱਪਰ ਜਦੋਂ ਆਨੇ ਆਂ ਕਈ ਵਾਰ ਕੋਈ ਏਜੰਟ ਐਦਾ ਦੇ ਆ ਕਿ ਫੀਸ ਪ੍ਰੋਪਰਲੀ ਨਹੀਂ ਦੇ ਪਾਉਂਦੇ ਜਾਂ ਫਿਰ ਬੱਚੇ ਦੇ ਫਾਈਨੈਂਸ਼ੀਅਲ ਪ੍ਰੋਪਰ ਨਹੀਂ ਦਿਖਾਉਂਦੇ ਕਿਉਂਕਿ ਇਹਦੀ ਕੈਲਕੂਲੇਸ਼ਨ ਨਹੀਂ ਕਈਆਂ ਨੂੰ ਆਉਂਦੀ ਮੋਸਟਲੀ ਕਲਾਇੰਟ ਆਂਦਾ ਭਾਜੀ ਕੋਈ ਇਹ ਜਣ ਕਹਿੰਦਾ 20 ਲੱਖ ਚ ਫੰਡ ਹੋ ਜੂਗੇ ਕੋਈ ਕਹਿੰਦਾ 15 ਲੱਖ ਚ ਹੋ ਜੂਗੇ ਕੋਈ ਕਹਿੰਦਾ 25 ਲੱਖ ਸ਼ੋਅ ਕਰਨੇ ਆ ਸੋ ਸਟੇਟਮੈਂਟ ਹੀ ਨਹੀਂ ਮੈਚ ਕਰਦੀ ਕਿਉਂਕਿ ਕਈਆਂ ਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਹੈਗਾ ਕਿ ਲਿਵਿੰਗ ਐਕਸਪੈਂਸਸ ਕਿੰਨੇ ਦਿਖਾਣੇ ਆ ਅਗਰ ਕਿਸੇ ਨੇ ਫੀਸ ਪੇ ਕੀਤੀ ਹੈ ਉਹਦੀ ਰੈਸਟ ਫੀਸ ਕਿੰਨੀ ਹੈ ਜਾਂ ਉਸ ਤੋਂ ਬਾਅਦ ਮਿਸਲੀਨੀਅਸ ਕਿੰਨੇ ਹਰ ਵਿੱਚ ਐਡ ਹੋ ਕੇ ਕਿੰਨੇ ਡਾਲਰ ਰੇਟ ਦੇ ਅਕੋਰਡਿੰਗਲੀ ਸ਼ੋਅ ਕਰਨੇ ਆ ਸੋ ਆਪਣਾ ਏਜੰਟ ਜਿਹੜਾ ਬੜਾ ਵਾਈਜ਼ਲੀ ਚੂਜ਼ ਕਰੋ ਸੋ ਕਈ ਲਾਈਕ ਕੀ ਸਰ ਮੇਰੀ ਐਪਲੀਕੇਸ਼ਨ ਦਾ ਪ੍ਰੋਸੈਸ ਹੋਈ ਬਟ 에ਜੰਟ ਨੂੰ ਹੀ ਨਹੀਂ ਪਤਾ ਮੈਂ ਉਹਨੂੰ ਗੂਗਲ ਤੋਂ ਸਰਚ ਕਰ ਕਰਕੇ ਦੱਸ ਰਿਹਾ ਸੋ ਤੁਸੀਂ ਓਮ ਗਲੋਬਲ ਦੀ ਐਕਸਪਰਟ ਟੀਮ ਨੂੰ ਮਿਲ ਸਕਦੇ ਹੋ ਜੋ ਕਿ ਓਮ ਗਲੋਬਲ ਆਸਟ੍ਰੇਲੀਅਨ ਬੇਸਡ ਕੰਪਨੀ ਹੈ ਪਿਛਲੇ 20 ਸਾਲਾਂ ਤੋਂ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਸਰਵਿਸਿਜ਼ ਦੇ ਰਹੀ ਹੈ ਆਸਟ੍ਰੇਲੀਆ ਦੀ ਫਾਈਲਿੰਗ ਜਿਹੜੀ ਹੈ ਆਸਟ੍ਰੇਲੀਅਨ ਰਜਿਸਟਰ ਮਾਈਗ੍ਰੇਸ਼ਨ 에ਜੰਟ ਦੇ ਥਰੂ ਪ੍ਰੋਸੈਸਿੰਗ ਹੁੰਦੀ ਹੈ ਬਧੇਰੇ ਜਾਣਕਾਰੀ ਲਈ ਤੁਸੀਂ ਕੋਈ ਵੀ ਨੀਅਰਲੀ ਬ੍ਰਾਂਚ ਦੇ ਵਿੱਚ ਮਿਲ ਸਕਦੇ ਹੋ ਤੇ ਆਪਣਾ ਆਸਟ੍ਰੇਲੀਆ ਜਾਣ ਦਾ ਸੁਪਨਾ ਸাকার ਕਰ ਸਕਦੇ ਹੋ ਧੰਨਵਾਦ